ਉਹ ਜਦੋਂ ਉਹਨਾਂ ਦੀ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਮੈਂ ਅੱਗੇ ਵਧਣ ਲੱਗਿਆ ਤਾਂ ਉਹਨੇ ਮੈਨੂੰ ਥੋੜ੍ਹਾ ਫਿਰ ਵਾਪਸ ਬੁਲਾ ਲਿਆ। ਕਾਫੀ ਟਾਈਮ ਹੋਣ ਦੇ ਬਾਅਦ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਦੱਸੋ ਵੀ ਮੇਰੀ ਗਲਤੀ ਕਿਆ ਹੈ ਜਾਂ ਮੇਰੇ ਪਰ ਇਸ਼ੂ ਕਿਆ ਹੈ, ਵੀ ਚੱਕਰ ਕਿਆ ਹੈ। ਅਤੇ ਕਹਿੰਦੇ ਨਹੀਂ ਜੀ, ਤੁਸੀਂ ਉਸ ਕਮਰੇ 'ਚ ਬਹਿ ਜਾਓ। ਬਾਅਦ ਇੱਕ ਘੰਟੇ ਦੇ ਬਾਅਦ ਜਦ ਮੇਰੇ ਕੋਲ ਕੋਈ ਨਹੀਂ ਆਇਆ, ਮੈਂ ਬਾਹਰ ਆ ਕੇ ਫਿਰ ਕਿਹਾ ਵੀ ਮੇਰਾ ਭਾਈ ਮੈਨੂੰ ਦੱਸੋ ਵੀ ਮੈਂ ਅੱਗੇ ਜਾਣਾ ਜਾਂ ਨਹੀਂ ਜਾਣਾ ਜਾਂ ਕੋਈ ਕਾਰਨ ਹੈ, ਅਤੇ ਮੈਨੂੰ ਕੋਈ ਕਾਰਨ ਨਹੀਂ ਦੱਸਿਆ। ਕਹਿੰਦੇ ਤੁਸੀਂ ਚੁੱਪ ਚਾਪ ਉੱਥੇ ਬੈਠੇ ਰਹੋ, ਅਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਕਰਾਂਗੇ ਇਹ। ਅਤੇ ਤਕਰੀਬਨ ਡੇਢ ਘੰਟੇ ਬਾਅਦ ਇੱਕ ਅਫਸਰ ਆਇਆ ਅਤੇ ਉਹਨੇ ਮੇਰੀ ਤਕਰੀਬਨ ਕਾਫੀ 40-40 ਕੁ ਮਿੰਟ ਮੇਰੇ ਨਾਲ ਬਾਤਚੀਤ ਕੀਤੀ ਹੈ। ਅਤੇ ਉਹ ਸਾਰੀ ਬਾਤਚੀਤ ਮੇਰੇ ਚੋਲੇ 'ਤੇ, ਮੇਰੇ ਸ਼ਾਸਤਰਾਂ 'ਤੇ, ਮੇਰੀ ਸਿੱਖੀ 'ਤੇ। ਇੱਕ ਹੈ ਇਹ ਜਿਹੜੇ ਨਾਲ ਦੇ ਇੱਕ ਆਹਤੇ ਨੀਦਾਂ ਦੇ ਬਣੇ, ਮੈਂ ਕਿਹਾ ਜੀ ਉਹ ਉਹਨਾਂ ਦੀ ਮਰਜ਼ੀ ਹੈ, ਮੇਰੀ ਮਰਜ਼ੀ ਹੈ, ਕਿਰਪਾਨ ਕਿਉਂ ਰੱਖੀ ਹੈ ਤੁਸੀਂ, ਇਹਦੇ ਨਾਲ ਤੁਸੀਂ ਕਿਆ ਕਰਦੇ ਹੋ। ਉਹ ਤੋਂ ਬਾਅਦ ਮੈਨੂੰ ਹੋਰ ਕਮਰੇ 'ਚ ਲੈ ਗਿਆ। ਜਦੋਂ ਮੈਨੂੰ ਦੂਜੇ ਕਮਰੇ 'ਚ ਲੈ ਗਏ, ਉਹਦੇ ਵਿੱਚ ਦੇਖੋ ਮੈਨੂੰ ਇਕੱਲੇ ਨੂੰ ਬਿਠਾ ਦਿੱਤਾ ਬਾਹਰ ਤੋਂ, ਕੁੰਡਾ 'ਚ ਦਾ ਲਾ ਦਿੱਤਾ ਗਿਆ। ਵੀਜ਼ਾ ਲੱਗਿਆ, ਇਹ ਆਹ ਮੇਰਾ ਵੀਜ਼ਾ ਹੈ ਜੀ ਲੱਗਿਆ, ਤੁਸੀਂ ਕਲੋਜ਼ ਕਰਕੇ ਜ਼ਰੂਰ ਦਿਖਾ ਸਕਦੇ ਹੋ, ਇਹ ਮੇਰਾ ਵੀਜ਼ਾ ਹੈ ਜੀ। ਅਤੇ 8 ਜੂਨ ਨੂੰ ਮੈਂ ਆਪਣੇ ਇਮੀਗ੍ਰੇਸ਼ਨ 'ਚ ਜਾਂਦਾ, ਉਹਨੇ ਮੈਨੂੰ ਕਲੀਅਰ ਦੇ ਦਿੱਤਾ ਵੀ ਤੂੰ ਠੀਕ ਹੈ ਜਾ ਸਕਦਾ। ਸਭ ਤੋਂ ਵੱਡੀ ਗੱਲ ਹੈ ਵੀ ਗਾਹਾਂ ਨੇ ਮੈਨੂੰ ਰਿਸੀਵ ਕਰ ਲਿਆ ਵੀ ਤੁਸੀਂ ਪੁੱਜ ਗਏ। ਫਿਰ ਇੱਕ ਸਭ ਤੋਂ ਵੱਡੀ ਗੱਲ ਹੈ ਵੀ ਇਹਦੇ ਪਰ ਕੋਈ ਆਉਣੇ ਦਾ, ਮੈਨੂੰ ਇੰਡੀਆ ਆਉਣ ਦੀ ਕੋਈ ਮੋਹਰੇ ਨਹੀਂ, ਐਗਜ਼ਿਟ ਕਰਨ ਦੀ ਕੋਈ ਮੋਹਰ ਨਹੀਂ। ਉਹ ਮੈਨੂੰ ਇੱਦਾਂ ਹੀ ਨਹੀਂ ਉੱਥੇ ਤੇ ਫੜ ਕੇ ਆਪਣਾ ਜੀਰੋ ਲੈਨ ਮੀਡੀਆ ਜੋ ਵੀ ਕੈਮਰੇ ਦੇ ਨਾਲ ਟਪਾ ਦਿੱਤਾ, ਜੇ ਜਾਣੀ ਕਿ ਮੇਰੇ ਨਾਲ ਉਹ ਵਿਵਹਾਰ ਕੀਤਾ ਗਿਆ ਆਪਣਿਆਂ ਵੀ ਜਿੱਦਾਂ ਮੈਂ ਕੋਈ ਕਤਲ ਕੀਤਾ ਹੁੰਦਾ ਜਾਂ ਮੈਂ ਕਿਸੇ ਅੱਤਵਾਦੀ ਸੰਗਠਨ ਦਾ ਬੰਦਾ ਹੁੰਦਾ। ਪਹਿਲਾਂ ਹੀ ਇਹ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਵੱਡੀ ਕੜਵਾਹਟ ਚੱਲ ਰਹੀ ਹੈ। ਆਏ ਦਿਨ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿੱਚ ਦਰਾਰ ਪੈਦਾ ਹੋਣ ਦੀਆਂ ਗੱਲਾਂ ਵਧਦੀਆਂ ਜਾ ਰਹੀਆਂ ਨੇ। ਹੁਣ ਦੂਜੇ ਪਾਸੇ ਤਾਜ਼ਾ ਮਿਸਾਲ ਉਦੋਂ ਮਿਲੀ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੀ ਦੇ ਪਿੰਡ ਡੂਮੇਵਾਲ ਤੋਂ ਮਨਦੀਪ ਸਿੰਘ ਜੀ ਜੋ ਕਿ ਨਿਹੰਗ ਸਿੰਘ ਬਾਣੇ ਵੀ ਉੱਥੇ ਜਾਂਦੇ ਨੇ, ਤਾਂ ਉਹਨਾਂ ਨੂੰ ਪਾਕਿਸਤਾਨ ਐਮਬੈਸੀ ਵੱਲੋਂ ਕਈ ਘੰਟਿਆਂ ਦੀ ਗੈਰ ਜ਼ਰੂਰੀ ਪੁੱਛਗਿੱਛ ਕਰਕੇ ਉੱਥੇ ਬਿਠਾ ਦਿੱਤਾ ਜਾਂਦਾ ਹੈ। ਉਹਨਾਂ ਨਾਲ ਇੱਕ ਤਰੀਕੇ ਨਾਲ ਅਜਿਹਾ ਮਾੜਾ ਵਤੀਰਾ ਕੀਤਾ ਜਾਂਦਾ ਜਿਸ ਤਰ੍ਹਾਂ ਉਹ ਕ੍ਰਿਮੀਨਲ ਹੋਏ। ਸੋ ਉਸ ਤੋਂ ਬਾਅਦ ਉਹਨਾਂ ਨੂੰ ਬਿਨਾਂ ਕਿਸੇ ਕਾਗਜ਼ੀ ਡਾਕੂਮੈਂਟ ਦੀ ਡਿਪੋਰਟੇਸ਼ਨ ਤੋਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਆਖਿਰ ਇਹ ਕਿਉਂ ਹੁੰਦਾ ਹੈ, ਆਖਿਰ ਇਹ ਗੈਰ ਵਤੀਰਾ ਇਹਨਾਂ ਨਿਹੰਗ ਸਿੰਘਾਂ ਨਾਲ ਕਿਉਂ ਕੀਤਾ ਜੋ ਕਿ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਨੇ, ਜਿਨ੍ਹਾਂ ਨੇ ਕਿ ਹਮੇਸ਼ਾ ਹੀ ਧਰਮ ਦੀ ਰੱਖਿਆ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕੀਤੀਆਂ। ਅੱਜ ਜੇ ਸਰਕਾਰਾਂ ਦੀ ਗੱਲ ਕਰੀਏ, ਉਹੀ ਸਰਕਾਰਾਂ ਦੇ ਵੱਲੋਂ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਜਿਸ ਵਿੱਚ ਅਸੀਂ ਕਿਤੇ ਨਾ ਕਿਤੇ ਗੱਲ ਕਰਾਂਗੇ ਸਰਕਾਰਾਂ ਦੀ ਢਿੱਲੀ ਕਾਰਗੁਜ਼ਾਰੀ। ਪਰ ਅਸੀਂ ਉਸ ਤੋਂ ਪਹਿਲਾਂ ਜਾਣਾਂਗੇ ਮਨਦੀਪ ਸਿੰਘ ਜੀ ਸਾਡੇ ਨਾਲ। ਮਨਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਮਨਦੀਪ ਸਿੰਘ ਜੀ, ਹੁਣ ਜੋ ਘਟਨਾ ਤੁਹਾਡੇ ਨਾਲ ਉੱਥੇ ਵਾਪਰੀ ਹੈ, ਕਦੋਂ ਗਏ ਹੈ, ਕਿਸ ਤਰੀਕੇ ਨਾਲ ਵੀਜ਼ਾ ਅਪਲਾਈ ਕੀਤਾ ਗਿਆ, ਉਸ ਬਾਰੇ ਜਾਣਕਾਰੀ ਦਿਓ। ਆਖਰ ਕਿਉਂ ਵਾਪਸ ਭੇਜਿਆ ਗਿਆ ਵੀਜ਼ਾ? ਮੈਂ ਤਕਰੀਬਨ 1.5 ਮਹੀਨੇ ਪਹਿਲਾਂ ਅਪਲਾਈ ਕੀਤਾ ਤਾ। ਅਪਲਾਈ ਕਰਨ ਤੋਂ ਬਾਅਦ ਫਿਰ ਮੇਰਾ ਵੀਜ਼ਾ ਆ ਗਿਆ। ਵੀਜ਼ਾ ਆਉਣੇ ਤੋਂ ਬਾਅਦ ਅਸੀਂ ਜਦੋਂ 7 ਤਰੀਕ ਨੂੰ ਆਪਣੇ ਘਰ ਤੋਂ ਚੱਲ ਪਏ ਅਤੇ 8 ਤਰੀਕ ਨੂੰ ਅਸੀਂ ਐਂਟਰ ਕਰਨਾ ਤਾ ਪਾਕਿਸਤਾਨ ਦੇ ਵਿੱਚ। ਜਦੋਂ ਐਂਟਰ ਕਰਨਾ ਤਾਂ ਪਹਿਲਾਂ ਆਪਣੀ ਇਮੀਗ੍ਰੇਸ਼ਨ ਹੋਈ ਹੈ ਇੰਡੀਆ ਦੀ, ਉਹ ਬਿਲਕੁਲ ਮੇਰੀ ਕਲੀਅਰ ਹੋਈ ਹੈ, ਉਸ 'ਚ ਵੀ ਕੋਈ ਦਿੱਕਤ ਨਹੀਂ। ਫਿਰ ਦੂਜੀ ਸਾਈਡ ਹੋ ਗਏ ਅਤੇ ਉਹਨੇ ਵੀ ਆਪਣੇ ਵੱਲ ਤੇ ਸਾਨੂੰ ਇੱਕ ਤਰ੍ਹਾਂ ਰਿਸੀਵ ਕਰ ਲਿਆ। ਅਤੇ ਉਹ ਜਦੋਂ ਉਹਨਾਂ ਦੀ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਮੈਂ ਅੱਗੇ ਵਧਣ ਲੱਗਿਆ ਤਾਂ ਉਹਨੇ ਮੈਨੂੰ ਥੋੜ੍ਹਾ ਫਿਰ ਵਾਪਸ ਬੁਲਾ ਲਿਆ।
ਜਦੋਂ ਵਾਪਸ ਬੁਲਾਇਆ ਕਹਿੰਦੇ ਤੁਹਾਡਾ ਕੋਈ ਇਸ਼ੂ ਹੈ। ਚਲੋ ਮੈਂ ਕਿਹਾ ਬੀਜਿਆਂ 'ਚ ਅਕਸਰ ਇਸ਼ੂ ਆ ਜਾਂਦਾ ਹੈ, ਕੋਈ ਵੱਡੀ ਗੱਲ ਨਹੀਂ ਹੈ, ਜਾਂਚ ਪੜਤਾਲ ਕਰਦੇ ਰਹੇ ਆਪਣੀ। ਤਕਰੀਬਨ ਕਾਫੀ ਟਾਈਮ ਹੋਣ ਦੇ ਬਾਅਦ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਦੱਸੋ ਵੀ ਮੇਰੀ ਗਲਤੀ ਕਿਆ ਹੈ ਜਾਂ ਮੇਰੇ ਪਰ ਇਸ਼ੂ ਕਿਆ ਹੈ, ਵੀ ਚੱਕਰ ਕਿਆ ਹੈ। ਅਤੇ ਕਹਿੰਦੇ ਨਹੀਂ ਜੀ ਤੁਸੀਂ ਉਸ ਕਮਰੇ 'ਚ ਬਹਿ ਜਾਓ। ਮੈਨੂੰ ਫਿਰ ਇੱਕ ਬਾਹਰ ਦੂਜੇ ਕਮਰੇ 'ਚ ਲੈ ਗਏ। ਉੱਥੇ ਨੇਣ ਦੇ ਬਾਅਦ ਇੱਕ ਘੰਟੇ ਦੇ ਬਾਅਦ ਜਦ ਮੇਰੇ ਕੋਲ ਕੋਈ ਨਹੀਂ ਆਇਆ, ਮੈਂ ਬਾਹਰ ਆ ਕੇ ਫਿਰ ਕਿਹਾ ਵੀ ਮੇਰਾ ਭਾਈ ਮੈਨੂੰ ਦੱਸੋ ਵੀ ਮੈਂ ਅੱਗੇ ਜਾਣਾ ਜਾਂ ਨਹੀਂ ਜਾਣਾ ਜਾਂ ਕੋਈ ਕਾਰਨ ਹੈ, ਅਤੇ ਮੈਨੂੰ ਕੋਈ ਕਾਰਨ ਨਹੀਂ ਦੱਸਿਆ। ਕਹਿੰਦੇ ਤੁਸੀਂ ਚੁੱਪ ਚਾਪ ਉੱਥੇ ਬੈਠੇ ਰਹੋ, ਅਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਕਰਾਂਗੇ ਇਹ। ਮੈਂ ਕਿਹਾ ਚਲੋ ਕੋਈ ਨਹੀਂ, ਆਪਾਂ ਹੁਣ ਦੂਜੇ ਮੁਲਕ 'ਚ ਹੈ ਅਤੇ ਤੁਹਾਡੇ ਅਸੀਂ ਅੰਡਰ ਹੈਗੇ, ਜੋ ਮਰਜ਼ੀ ਤੁਸੀਂ ਕਰ ਸਕਦੇ ਹੋ। ਫਿਰ ਮੈਨੂੰ ਕਾਫੀ ਟਾਈਮ ਹੋ ਗਿਆ ਬੈਠੇ ਨੂੰ, ਅਤੇ ਤਕਰੀਬਨ ਡੇਢ ਘੰਟੇ ਬਾਅਦ ਇੱਕ ਅਫਸਰ ਆਇਆ ਅਤੇ ਉਹਨੇ ਮੇਰੀ ਤਕਰੀਬਨ ਕਾਫੀ 40-40 ਕੁ ਮਿੰਟ ਮੇਰੇ ਨਾਲ ਬਾਤਚੀਤ ਕੀਤੀ ਹੈ, ਅਤੇ ਉਹ ਸਾਰੀ ਬਾਤਚੀਤ ਮੇਰੇ ਚੋਲੇ 'ਤੇ, ਮੇਰੇ ਸ਼ਾਸਤਰਾਂ 'ਤੇ, ਮੇਰੀ ਸਿੱਖੀ 'ਤੇ, ਤੂੰ ਸਿੱਖ ਹੈ, ਇਹ ਜਿਹੜੇ ਨਾਲ ਦੇ ਇਹ ਕਾਹਤੇ ਨਹੀਂ ਇੱਦਾਂ ਦੇ ਬਣੇ। ਮੈਂ ਕਿਹਾ ਜੀ ਉਹ ਉਹਨਾਂ ਦੀ ਮਰਜ਼ੀ ਹੈ, ਮੇਰੀ ਮਰਜ਼ੀ ਹੈ, ਕਿਰਪਾਨ ਕਿਉਂ ਰੱਖੀ ਹੈ ਤੁਸੀਂ, ਇਹਦੇ ਨਾਲ ਤੁਸੀਂ ਕਿਆ ਕਰਦੇ ਹੋ। ਮੈਂ ਕਿਹਾ ਸਾਡੇ ਗੁਰੂ ਦੇ ਸ਼ਾਸਤਰ ਹੈ ਇਹ, ਅਤੇ ਇਹ ਸਾਰੇ ਤੁਸੀਂ ਇੱਕ ਤਰ੍ਹਾਂ ਦੇ ਕਿਉਂ ਨਹੀਂ ਹੈਗੇ, ਇਹ ਤੁਹਾਡੇ ਵਰਗੇ ਨਹੀਂ ਹੈ। ਮੈਂ ਕਿਹਾ ਜੀ ਇਹ ਮੈਂ ਗੁਰੂ ਦਾ ਸਿੱਖ ਹੈ, ਅੰਮ੍ਰਿਤਧਾਰੀ ਹੈ, ਮੈਨੂੰ ਇੱਕ ਕਾਰ ਬੜੇ ਮੇਰੇ ਜਾਣੀ ਸਿੱਖ ਕੋਲ ਹੁੰਦੇ ਆ ਇਹ। ਕਾਫੀ ਚਿਰ ਗੱਲਾਂ ਬਾਤਾਂ ਕਰਨ ਤੋਂ ਬਾਅਦ ਜਾਣੀ ਕਿ ਉਹਨੇ ਮੈਨੂੰ 40 ਮਿੰਟ ਹੋਰ ਗੱਲ ਕੋਈ ਨਹੀਂ ਹੋਈ, ਬਸ ਇਹੀ ਮੇਰੇ ਪਰੇ ਮੁੜ ਘੜਕਾ ਮੇਰੀ ਸਿੱਖੀ 'ਤੇ ਕਰਦਾ ਰਿਹਾ ਗੱਲਾਂ। ਚਲੋ ਹੋਣ ਤੋਂ ਬਾਅਦ ਉਹ ਅਫਸਰ, ਚਲੋ ਉੱਥੇ ਜਾਣ ਕੋਈ ਹੋਰ ਆ ਗਿਆ, ਉਹਨੇ ਮੈਨੂੰ ਬਾਹਰ ਉੱਥੋਂ ਕੱਢ ਦਿੱਤਾ। ਉਹ ਤੋਂ ਬਾਅਦ ਮੈਨੂੰ ਹੋਰ ਕਮਰੇ 'ਚ ਲੈ ਗਏ। ਜਦੋਂ ਮੈਨੂੰ ਦੂਜੇ ਕਮਰੇ 'ਚ ਲੈ ਗਏ, ਉਹਦੇ ਵਿੱਚ ਦੇਖੋ ਮੈਨੂੰ ਇਕੱਲੇ ਨੂੰ ਬਿਠਾਲ ਦਿੱਤਾ ਬਾਹਰ ਤੋਂ, ਕੁੰਡਾ 'ਚ ਦਾ ਲਾ ਦਿੱਤਾ ਗਿਆ, ਜਿੱਦਾਂ ਮੰਨ ਲਓ ਆਹ ਕੁੰਡੇ ਲੱਗੇ ਭੇੜ ਦਿੱਤੇ। ਉੱਥੇ ਨਾ ਕਮਰੇ ਵਿੱਚ ਨਾ ਤਾਂ ਕੋਈ ਪੱਖਾ ਤਾ, ਅਤੇ ਜਿੱਦਾਂ ਇੱਕ ਬੰਦ ਕਮਰਾ ਤਾ ਜਿਹਦੀ ਬਾਹਰ ਨੂੰ ਜਾਣ ਨੂੰ ਕਹਿਣ ਦਾ ਮਤਲਬ ਜਿੱਦਾਂ ਕੋਈ ਉਹ ਨਹੀਂ ਤਾ, ਨਾ ਉੱਥੇ ਪਾਣੀ ਧਾਣੀ ਪੁੱਛਿਆ ਕਿਸੇ ਨੇ ਵੀ ਕਿੰਨੇ ਘੰਟਿਆਂ ਦਾ ਤੂੰ ਬੈਠਾ ਹੈ, ਨਾ ਕੋਈ ਗੱਲ, ਨਾ ਕੋਈ ਬਾਤ। ਜਦੋਂ ਉੱਥੇ ਮੈਨੂੰ ਬਹੁਤ ਟਾਈਮ ਹੋ ਗਿਆ ਬੈਠੇ ਨੂੰ, ਉਹਦੇ ਬਾਅਦ ਜਦੋਂ ਮੈਂ ਫਿਰ ਆ ਕੇ ਬਾਹਰ ਬੋਲਿਆ ਵੀ ਭਾਈ ਵੀ ਮੇਰਾ ਕੋਈ ਹੱਲ ਕਰੋ, ਫਿਰ ਉਹ ਮੇਰੇ ਨਾਲ ਥੋੜ੍ਹੀ ਜਿਹੀ ਉੱਚੀ ਆਵਾਜ਼ 'ਚ ਬੋਲੇ। ਮੈਂ ਕਿਹਾ ਜੇ ਨਹੀਂ ਮੇਰਾ ਵੀਜ਼ਾ ਹੈ ਜਾਂ ਤੁਹਾਡੇ ਕੰਪਿਊਟਰ ਦੇ ਵਿੱਚ ਨਹੀਂ ਚੱਕਦਾ ਜਾਂ ਕੋਈ ਗੱਲਬਾਤ ਹੈ, ਵੀ ਮੈਨੂੰ ਵਾਪਸ ਭੇਜੋ, ਕੋਈ ਚੱਕਰ ਨਹੀਂ, ਕੋਈ ਇਸ਼ੂ ਨਹੀਂ, ਆ ਜਾਂਦਾ ਹੁੰਦਾ, ਕੋਈ ਬੜੀ ਗੱਲ ਨਹੀਂ ਹੈਗੀ। ਅਤੇ ਫਿਰ ਮੇਰੇ ਨਾਲ ਉਹੀ ਵਿਵਹਾਰ, ਕਿਉਂਕਿ ਇੰਨੀ ਗਰਮੀ ਦੇ ਵਿੱਚ ਕਿੰਨਾ ਟੈਂਪਰੇਚਰ ਹੈ, ਅਤੇ ਇੱਕ ਪੱਖਾ ਵੀ ਨਹੀਂ, ਨਾ ਪਾਣੀ, ਨਾ ਕੁਛ, ਨਾ ਲੈਣ ਨਾ ਦੇਣ। ਮੁੜ ਕੇ ਫਿਰ ਉਸੇ ਕਮਰੇ 'ਚ ਥੋੜ੍ਹੇ ਟਾਈਮ ਬਾਅਦ ਫਿਰ ਇੱਕ ਦੋ ਅਧਿਕਾਰੀ ਆਉਂਦੇ, ਇੱਕ ਸਕਿਉਰਟੀ ਗਾਰਡ ਦਾ ਉਹਨਾਂ ਨਾਲ, ਅਤੇ ਦੋ ਬੰਦੇ ਉਹ ਤਾਂ ਮੈਨੂੰ ਕਹਿੰਦੇ ਬਾਈ ਜੀ ਇਸ ਕਮਰੇ 'ਚੋਂ ਚਲੋ ਤੁਹਾਨੂੰ ਉੱਧਰ ਲੈ ਕੇ ਜਾਣਾ। ਮੈਂ ਉੱਥੋਂ ਵੀ ਚੱਲ ਗਿਆ, ਚਲੋ ਕੋਈ ਗੱਲ ਨਹੀਂ। ਫਿਰ ਉਹ ਮੈਨੂੰ ਇੱਕ ਇੱਦਾਂ ਦੇ ਕਮਰੇ 'ਚ ਲੈ ਗਿਆ ਵੀ ਜਿੱਥੇ ਕੁਛ ਨਹੀਂ ਤਾਂ ਇੱਕ ਨਾ ਆਪਾਂ ਮੰਜਾ ਨਹੀਂ ਹੁੰਦਾ, ਉਹ ਟੁੱਟਿਆ ਫੁੱਟਿਆ ਵਜੇ ਅੱਧੇ ਸਾਈਡ ਨੂੰ ਰੱਖਿਆ ਹੁੰਦਾ, ਉਹਦੇ ਉੱਪਰ ਬਿਠਾਲ ਦਿੱਤਾ। ਉਹਦੇ ਟੈਪ ਪਰ ਬੈਠਣ ਤੋਂ ਬਾਅਦ ਮੈਨੂੰ ਕਾਫੀ ਸਮੇਂ ਤੋਂ ਬਾਅਦ ਮੈਂ ਜਦੋਂ ਫਿਰ ਉਹਨਾਂ ਨੂੰ ਰੌਲਾ ਪਾਇਆ ਵੀ ਦੇਖੋ ਹੁਣ ਤੁਸੀਂ ਮੇਰਾ ਜਿੰਨਾ ਮਰਜ਼ੀ ਟਾਈਮ ਲਵਾ ਲਓ, ਮੈਨੂੰ ਜਿੰਨਾ ਮਰਜ਼ੀ ਤੰਗ ਕਰ ਲਓ, ਤੁਸੀਂ ਸਾਰਾ ਕੁਛ ਜਾਂਚ ਕਰ ਲਈ, ਪੜਤਾਲ ਕਰ ਲਈ, ਸਾਰਾ ਕੁਛ ਕਰ ਲਿਆ, ਵੀ ਮੈਂ ਇਹ ਇੰਡੀਆ ਜਾ ਕੇ ਨਾ ਮੈਂ ਆਪਣੇ ਸੋਸ਼ਲ ਮੀਡੀਆ 'ਤੇ ਅਤੇ ਆਪਣੇ ਚੈਨਲਾਂ 'ਤੇ ਤੁਹਾਡਾ ਸਾਰਾ ਦੱਸੂੰਗਾ ਜੋ ਵੀ ਮੇਰੇ ਨਾਲ ਤੁਸੀਂ ਇਹ ਵਤੀਰਾ ਕੀਤਾ ਹੈ। ਅਤੇ ਚਲੋ ਤੁਸੀਂ ਪੁੱਛ ਗਿੱਛ ਕਰ ਲਈ, ਸਭ ਕੁਛ ਕਰ ਲਿਆ, ਫਿਰ ਤੁਸੀਂ ਬੰਦੇ ਨੂੰ ਉਹਦੇ ਕਾਗਜ਼ਾਂ ਦੇ ਨਾਲ ਜਿੱਦਾਂ ਵੀ ਹੈਗਾ ਉਹਨੂੰ ਵਾਪਸ ਕਰੋ। ਸਭ ਤੋਂ ਵੱਡੀ ਗੱਲ ਦੱਸਦਾ ਮੈਂ ਤੁਹਾਨੂੰ, ਆਹ ਦੇਖੋ ਮੇਰਾ ਵੀਜ਼ਾ ਲੱਗਿਆ, ਇਹ ਆਹ ਮੇਰਾ ਵੀਜ਼ਾ ਹੈ ਜੀ ਲੱਗਿਆ, ਤੁਸੀਂ ਕਲੋਜ਼ ਕਰਕੇ ਜ਼ਰੂਰ ਦਿਖਾ ਸਕਦੇ ਹੋ, ਇਹ ਮੇਰਾ ਵੀਜ਼ਾ ਹੈ ਜੀ। ਅਤੇ 8 ਜੂਨ ਨੂੰ ਮੈਂ ਆਪਣੇ ਇਮੀਗ੍ਰੇਸ਼ਨ 'ਚ ਜਾਂਦਾ, ਉਹਨੇ ਮੈਨੂੰ ਕਲੀਅਰ ਦੇ ਦਿੱਤਾ ਵੀ ਤੂੰ ਠੀਕ ਹੈ ਜਾ ਸਕਦਾ। ਸਭ ਤੋਂ ਵੱਡੀ ਗੱਲ ਆ ਵੀ ਗਾਹਾਂ ਉਹਨੇ ਮੈਨੂੰ ਰਿਸੀਵ ਕਰ ਲਿਆ, ਵੀ ਤੁਸੀਂ ਪੁੱਜ ਗਏ। ਉੱਥੋਂ ਪੁੱਜਣ ਤੋਂ ਬਾਅਦ ਇੰਨਾ ਕੁਛ ਜਿਹੜਾ ਤੁਹਾਨੂੰ ਮੈਂ ਸੁਣਾਇਆ, ਇਹ ਮੋਹਰ ਪਹਿਲੇ ਲੱਗ ਗਈ ਤੀ ਜਾਂਦਿਆਂ ਦੀ,
ਅੱਛਾ ਜਾਣਦਿਆਂ ਦੀ ਹੀ ਲੱਗ ਗਈ 900 ਬਾਟਾਂ ਦੇ ਵਿੱਚ ਮੈਂ ਸਾਰਿਆਂ 'ਤੇ ਮੋਹਰਾ ਤਾ ਫਿਰ ਮੈਨੂੰ ਜਾ ਛੱਡਿਆ ਜਾਂ ਸਭ ਕੁਛ ਹੀ ਬੰਦ ਜਿੱਦਾਂ ਇੱਕ ਦੁਕਾਨ ਬੰਦ ਕਰਨੀ ਹੋਣੀ ਨਾ ਉਦੋਂ ਛੱਡਿਆ ਫਿਰ ਇੱਕ ਸਭ ਤੋਂ ਵੱਡੀ ਗੱਲ ਆ ਵੀ ਇਹਦੇ ਪਰ ਕੋਈ ਆਉਣੇ ਦਾ ਮੈਨੂੰ ਇੰਡੀਆ ਆਉਣੇ ਦੀ ਕੋਈ ਮੋਹਰੇ ਨਹੀਂ ਐਗਜ਼ਿਟ ਕਰਨ ਦੀ ਕੋਈ ਮੋਹਰ ਨਹੀਂ ਉਹ ਮੈਨੂੰ ਇੱਦਾਂ ਹੀ ਨਹੀਂ ਉੱਥੇ ਤਾਂ ਫੜ ਕੇ ਆਪਣਾ ਆਪਣਾ ਜ਼ੀਰੋ ਲੈਣਾ ਮੀਡੀਆ ਜੋ ਵੀ ਕੈਮਰੇ ਦੇ ਨਾਲ ਟਪਾ ਦਿੱਤਾ ਉਹ ਤੋਂ ਬਾਅਦ ਸਾਡੇ ਇੰਡੀਆ 'ਚ ਆ ਕੇ ਇੰਡੀਆ ਦੇ ਵਿੱਚ ਇਮੀਗ੍ਰੇਸ਼ਨ ਹੋਈ ਫਿਰ ਦੁਬਾਰਾ ਉਹਨੇ ਮੇਰਾ ਦੇਖਿਆ ਚੈੱਕ ਕੀਤਾ ਚੈੱਕ ਕਰਨ ਦੇ ਬਾਅਦ ਉਹ ਕਹਿੰਦੇ ਬਾਬਾ ਜੀ ਕੋਈ ਦਿੱਕਤ ਹੀ ਨਹੀਂ ਸਾਡੇ ਵੱਲੋਂ ਇਸ਼ੂ ਕਲੀਅਰ ਜੇ ਕੋਈ ਪ੍ਰੋਬਲਮ ਹੁੰਦੀ ਜਾਂ ਕੁਛ ਹੁੰਦਾ ਤੁਹਾਨੂੰ ਅਸੀਂ ਇੱਥੋਂ ਨਹੀਂ ਲੰਘਣ ਦੇਣਾ ਤਾ ਜਾਂ ਫਿਰ ਤੁਹਾਡਾ ਅਸੀਂ ਪਿੱਛੇ ਨਹੀਂ ਇਨਕੁਆਇਰੀ ਹੋਣ ਦੇਣੀ ਸੀ ਸਭ ਕੁਛ ਵੀ ਤੁਹਾਨੂੰ ਇੱਥੋਂ ਟਪਾਇਆ ਜੇ ਜਾਣੀ ਕਿ ਮੇਰੇ ਨਾਲ ਉਹ ਵਿਵਹਾਰ ਕੀਤਾ ਗਿਆ ਆਪਣਿਆਂ ਵੀ ਜਿੱਦਾਂ ਮੈਂ ਕੋਈ ਕਤਲ ਕੀਤਾ ਹੁੰਦਾ ਜਾਂ ਮੈਂ ਕਿਸੇ ਅੱਤਵਾਦੀ ਸੰਗਠਨ ਦਾ ਬੰਦਾ ਹੁੰਦਾ ਅਤੇ ਵਾਰ ਵਾਰ ਜੋ ਵੀ ਮੇਰੇ ਨਾਲ ਉੱਥੇ ਪੁੱਛਦਾ ਸੋਈ ਬਾ ਮੇਰੀ ਆ ਬਾਣੇ ਨਾਲ ਅਤੇ ਮੇਰੇ ਆਹ ਸ਼ਾਸਤਰਾਂ ਨਾਲ ਮਤਲਬ ਜੇ ਗੱਲ ਕਰੀਏ ਉਹਨਾਂ ਨੇ ਤੁਹਾਡਾ ਜੋ ਸੁਸ਼ੋਭਿਤ ਕੀਤੇ ਗਏ ਵਸਤਰ ਤੁਹਾਡੇ ਚਿੰਨ੍ਹ ਧਰਮ ਉਹਨਾਂ ਦਾ ਅਪਮਾਨ ਕੀਤਾ ਇਹੀ ਗੱਲਬਾਤ ਹੁੰਦੀ ਰਹੀ ਜਦਕਿ ਹੋਰ ਵੀ ਬਾਣੇ ਵਾਲੇ ਗਏ ਮੈਂ ਨਹੀਂ ਕਹਿੰਦਾ ਉਹ ਲੰਘੇ ਵੀ ਹੈਗੇ ਪਰ ਮੈਨੂੰ ਉਹ ਇਕੱਲੇ ਨੂੰ ਟਾਰਗੇਟ ਕੀਤਾ ਗਿਆ ਅਤੇ ਉਹਦੇ ਵਿੱਚ ਇਸ਼ੂ ਮੈਂ ਵਾਰ ਵਾਰ ਪੁੱਛੀ ਜਾਂਦਾ ਵੀ ਮੈਨੂੰ ਕਾਹਤੇ ਨਹੀਂ ਜਾਣ ਦਿੱਤਾ ਇਸ਼ੂ ਦੱਸੋ ਉਹ ਉਹਨਾਂ 'ਤੇ ਉਨੇ ਟਾਈਮ ਦੇ ਵਿੱਚ ਕੋਈ ਵੀ ਇਸ਼ੂ ਨਹੀਂ ਦੱਸ ਹੋਇਆ ਮਤਲਬ ਬਿਨਾਂ ਕਿਸੇ ਗੱਲ ਤੋਂ ਤੁਹਾਨੂੰ ਹਰਾਸ ਕੀਤਾ ਗਿਆ ਤੁਹਾਡਾ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕੀਤੀ ਗਈ ਹੈ ਧਾਰਮਿਕ ਜੋ ਥੋੜ੍ਹੀ ਭਾਵਨਾ ਉਹਦਾ ਉਹਨੂੰ ਠੇਸ ਪਹੁੰਚਾਈ ਗਈ ਹੈ ਦੇਖੋ ਮੈਨੂੰ ਆਪਣਿਆਂ ਦੇ ਵਿੱਚ ਇਸ ਤਰ੍ਹਾਂ ਮਹਿਸੂਸ ਕਰਾ ਦਿੱਤਾ ਜਿੱਦਾਂ ਕੋਈ ਅੱਤਵਾਦੀ ਹੁੰਦਾ ਕਿਉਂਕਿ ਆਪਣੀ ਉੱਥੇ ਲਾਈਨਾਂ ਲੱਗੀਆਂ ਮਤੀਆਂ ਜਿਹੜੇ ਆਪਣਾ ਪਾਕਿਸਤਾਨ ਸ਼ਰਧਾਲੂ ਜਾਂਦੇ ਤੇ ਨਾ ਉੱਥੇ ਆਪ ਲਾਈਨਾਂ ਲੱਗੀਆਂ ਮਤੀਆਂ ਪਰ ਉਹਨਾਂ ਦੇ ਮਨ ਵਿੱਚ ਆਉਂਦੇ ਵੀ ਇਹ ਬੰਦੇ ਦਾ ਕੋਈ ਵੱਡਾ ਕਾਂਡ ਹੋਣਾ ਸ਼ਾਇਦ ਤਾਂ ਕਰਕੇ ਇਹਨੂੰ ਵੱਖ ਵੱਖ ਕਮਰਿਆਂ 'ਚ ਲੈ ਕੇ ਪੁੱਛਤਾਲ ਹੁੰਦੀ ਹੈ ਜਦਕਿ ਹੋਇਆ ਕੁਛ ਨਹੀਂ ਨਿਕਲਿਆ ਕੁਛ ਨਹੀਂ ਅਤੇ ਉਦੋਂ ਮੈਨੂੰ ਜਦ ਛੱਡਿਆ ਜਦੋਂ ਕੋਚ ਸਾਰਾ ਕੁਛ ਸਮਾਪਤ ਹੋ ਗਿਆ ਉਹ ਵੀ ਮੇਰੇ ਕਹਿਣੇ ਤੋਂ ਬਾਅਦ ਵੀ ਮੈਂ ਤੁਹਾਨੂੰ ਇੱਦਾਂ ਦਾ ਕਰੂੰਗਾ ਨਹੀਂ ਤੁਸੀਂ ਚਾਹੇ ਮੈਨੂੰ ਇੱਥੇ ਰੱਖ ਲਓ ਹੁਣ ਜਿੰਨਾ ਮਰਜ਼ੀ ਹਰਾਸਮੈਂਟ ਕਰ ਲਓ ਜੋ ਮਰਜ਼ੀ ਕਰ ਲਓ ਅਤੇ ਮੈਂ ਆਪਣਾ ਮੀਡੀਆ 'ਚ ਗੱਲ ਰੱਖੂੰਗਾ ਜਿਹੜਾ ਤੁਹਾਡਾ ਇਸ ਤਰੀਕੇ ਨਾਲ ਅਪਮਾਨ ਕੀਤਾ ਗਿਆ ਤੁਹਾਡੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕੀਤੀ ਗਈ ਹੈ ਕੀ ਲੱਗਦਾ ਕੀ ਕਹਿਣਾ ਚਾਹੋਗੇ ਤੁਹਾਨੂੰ ਇਸ ਬਾਰੇ ਉਸ ਗੌਰ ਉਸ ਉੱਧਰ ਦੀ ਸਰਕਾਰ ਨੂੰ ਅਤੇ ਆਪਣੀ ਸਰਕਾਰ ਨੂੰ ਦੇਖੋ ਮੇਰੇ ਤਾਂ ਅੱਜ ਸੈਂਟਰ 'ਚ ਬੀਜੇਪੀ ਦੀ ਸਰਕਾਰ ਆ ਅਤੇ ਮੈਂ ਤਾਂ ਸੈਂਟਰ ਦੀ ਸਰਕਾਰ ਨੂੰ ਵੀ ਇਹੀ ਅਪੀਲ ਕਰਦਾ ਵੀ ਮੇਰੇ ਨਾਲ ਜਿਹੜਾ ਕੀਤਾ ਗਿਆ ਕਾਹਤੇ ਕੀਤਾ ਗਿਆ ਇਹਦੇ ਪਿੱਛਾ ਇਸ਼ੂ ਕਿਆ ਹੈ ਕਿਆ ਮਕਸਦ ਹੈ ਕਾਹਤੇ ਮੈਨੂੰ ਇੰਨਿਆਂ ਦੇ ਵਿੱਚੋਂ ਇਕੱਲੇ ਨੂੰ ਟਾਰਗੇਟ ਕੀਤਾ ਗਿਆ ਵਾਰ ਵਾਰ ਹੋਰ ਸਵਾਲ ਨਹੀਂ ਪੁੱਛੇ ਕੋਈ ਗੱਲ ਨਹੀਂ ਮੇਰੇ ਸ਼ਾਸਤਰਾਂ 'ਤੇ ਗੱਲ ਪੁੱਛੀ ਗਈ ਹੈ ਮੇਰੇ ਬਾਣੇ 'ਤੇ ਪੁੱਛਿਆ ਗਿਆ ਵੀ ਮੈਂ ਭਾਰਤੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਇਹਦੀ ਤਹਿ ਤੱਕ ਜਾਵਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਮੈਂ ਅਪੀਲ ਕਰਦਾ ਵੀ ਤੁਸੀਂ ਵੀ ਇਹਦੀ ਜਾਂਚ ਪੜਤਾਲ ਕਰਕੇ ਵੀ ਇਹਦੇ ਪਿੱਛੇ ਕਿਆ ਕਾਰਨ ਹੈ ਅਤੇ ਜ਼ਰੂਰ ਦੱਸੋ ਇਹ ਮੇਰੇ ਆਪਣੇ ਵਿਚਾਰ ਹੈ ਜੀ ਜੇ ਗੱਲ ਕਰੀਏ ਇਸ ਤੋਂ ਪਹਿਲਾਂ ਵੀ ਕਈ ਵਾਰ ਵੱਖ ਵੱਖ ਸਥਾਨਾਂ ਦੇ ਜੋ ਸਾਡੀਆਂ ਜਥੇਬੰਦੀਆਂ ਦਾ ਅਪਮਾਨ ਕੀਤਾ ਜਾਂਦਾ ਹੈ ਨਿਹੰਗ ਸਿੰਘਾਂ ਦੇ ਪਹਿਲਾਂ ਵੀ ਬੜੇ ਸਵਾਲ ਚੱਕੇ ਜਾਂਦੇ ਨੇ ਸੋ ਇਹੋ ਜਿਹੀਆਂ ਜਿਹੜੀਆਂ ਗੱਲਾਂ ਹੁੰਦੀਆਂ ਹੈ ਕਿਤੇ ਨਾ ਕਿਤੇ ਜੇ ਅਸੀਂ ਗੱਲ ਕਰੀਏ ਸਾਡੀਆਂ ਧਾਰਮਿਕ ਭਾਵਾਂ ਨੂੰ ਠੇਸ ਪਹੁੰਚਦੀ ਹੈ ਪਰ ਤੁਹਾਨੂੰ ਕੀ ਲੱਗਦਾ ਕਿ ਇਹ ਵਾਜਬੇ ਯੋਗ ਹੋ ਦੇਖੋ ਇਹ ਬਿਲਕੁਲ ਵਾਜਬ ਨਹੀਂ ਹੈ ਤੁਹਾਨੂੰ ਪਤਾ ਹੈ ਵੀ ਇਹ ਸਾਡਾ ਇੱਕ ਗੁਰੂ ਦਾ ਦਿੱਤਾ ਬਾਣਾ ਹੈ ਜੇ ਤੁਸੀਂ ਵਾਰ ਵਾਰ ਸਾਨੂੰ ਕੋਈ ਅੱਤਵਾਦੀ ਸੱਦਦਾ ਕੋਈ ਸਾਨੂੰ ਕੁਛ ਸੱਦਦਾ ਕੋਈ ਵੱਖਵਾਦੀ ਸੱਦਦਾ ਹਰੇਕ ਤਰ੍ਹਾਂ ਦਾ ਸਾਨੂੰ ਦੱਸਿਆ ਜਾਂਦਾ ਹੈ ਅਤੇ ਅਸੀਂ ਤਾਂ ਉਹ ਕੌਮ ਹੈ ਜਿਹੜੀ ਹੜ੍ਹ ਆਉਣ 'ਤੇ ਵੀ ਦੇਖੋ ਕਿੰਨੀ ਦੂਰ ਲੰਗਰ ਵੀ ਲਾਉਂਦੇ ਹਾਂ ਅਤੇ ਸਭ ਕੁਛ ਲਾਉਂਦੇ ਹਾਂ ਫਿਰ ਵੀ ਸਾਨੂੰ ਇਹ ਟਾਰਗੇਟ ਕੀਤਾ ਜਾ ਰਿਹਾ ਅਤੇ ਮੈਂ ਇਹੀ ਅਪੀਲ ਕਰਦਾ ਵੀ ਇਹਦੀ ਜਾਂਚ ਪੜਤਾਲ ਕੀਤੀ ਜਾਵਾ ਇਸੇ ਤਰ੍ਹਾਂ ਦਾ ਇਸੇ ਤਰ੍ਹਾਂ ਸਮਾਨ ਮੇਰਾ ਇੱਕ ਨਾ ਉੱਥੇ ਗੁਰੂ ਘਰ 'ਚ ਦੇਣੇ 'ਤੇ ਜਿੱਦਾਂ ਆਪਾਂ ਕੜੇ ਹੁੰਦੇ ਉੱਥੇ ਚਲੋ ਜਿਹੜੇ ਗੁਰਮੁਖ ਬੱਚੇ ਹੁੰਦੇ ਉਹਨਾਂ ਨੂੰ ਦੇ ਦਿੱਤੇ ਜਾਂਦੇ ਆ ਅਤੇ ਮੈਂ ਇਹ ਦੇਖ ਲਓ ਵੀ 3:30 ਦੀਆਂ ਕਿੱਟਾਂ ਆਪਣੇ ਮੋਢੇ ਪਰ ਰੱਖੀਆਂ ਤਕਰੀਬਨ 45 ਕਿਲੋ ਆ ਜਾਂਦਾ ਮੇਰੇ ਕੋਲ ਤੁਸੀਂ ਕਿੰਨੇ ਘੰਟੇ ਲਗਾਤਾਰ
ਜਦੋਂ ਤੱਕ ਮੈਂ ਵਾਪਸ ਨਹੀਂ ਆਇਆ ਮੇਰੇ ਮੋਢਿਆਂ 'ਤੇ ਰਹੀਆਂ। 3:30 ਵਜੇ ਲਾਈਨ 'ਚ ਲੱਗ ਗਏ ਅਤੇ ਅਸੀਂ ਸਵੇਰ ਨੂੰ ਆਪਣੇ ਬਾਘਾ ਬਾਰਡਰ 'ਤੇ, ਉਹ ਕਿੱਟਾਂ ਸਾਡੇ ਕੋਲ ਤੀਆਂ। ਫਿਰ ਜਿੱਦਾਂ ਹੌਲੀ ਹੌਲੀ ਜਾਂਦੇ, ਤੁਹਾਨੂੰ ਪਤਾ ਵੀ 962 ਬੰਦੇ ਆ, ਹੌਲੀ ਹੌਲੀ ਇੱਕ ਇੱਕ ਕਰਕੇ ਕੱਢਦੇ ਆ। ਮੁੜ ਕੇ ਫਿਰ ਉਹੀ ਕਿੱਟਾਂ ਮੇਰੇ ਸ਼ਾਸਤਰ, ਮੈਂ ਇਹ ਵੀ ਬੇਨਤੀ ਕੀਤੀ ਆ ਵੀ ਜਿਹੜੇ ਆ ਕਕਾਰ ਆ ਮੇਰੇ, ਇਹ ਜਾਣ ਦਿਉ ਬਈ, ਇਹ ਚਲੋ ਗੁਰੂ ਘਰ ਲਈ ਜਾਣੇ ਆ ਅਤੇ ਇਹ ਜਾਣ ਦਿਉ। ਅਤੇ ਉਹ ਕਹਿੰਦੇ ਨਹੀਂ, ਜਿੱਥੇ ਤੁਸੀਂ ਇੰਡੀਆ ਜਾਣਾ ਇਹ ਤੁਹਾਡੇ ਨਾਲ ਹੀ ਜਾਊਂਗੇ। ਜਦਕਿ ਇੱਦਾਂ ਦੀ ਕੋਈ ਗੱਲ ਨਹੀਂ, ਬਾਕੀ ਮੇਰੇ ਨਾਲ ਦੇ ਸਾਰੇ ਲੈ ਕੇ ਗਏ, ਕੋਈ ਇਹ ਤੁਸੀਂ ਨਹੀਂ ਸਕਦੇ ਹੋ ਸੇਵਾ ਭਾਵ ਨਾਲ ਕਿ ਕੁਛ ਵੀ ਚੀਜ਼ਾਂ ਨਹੀਂ ਸਕਦੇ ਹੋ, ਇਹ ਗੱਲਾਂ ਮੇਰੇ ਨਾਲ ਉੱਥੋਂ ਹੋਈਆਂ। ਜੇ ਹੁਣ ਗੱਲ ਕਰੀਏ ਸਰਕਾਰਾਂ ਦੀ, ਗੱਲ ਕਰੀਏ ਤੁਹਾਨੂੰ ਕਿਆ ਲੱਗਦਾ ਕਿਤੇ ਨਾ ਕਿਤੇ ਸਰਕਾਰਾਂ ਦੀ ਕਮਜ਼ੋਰੀ ਹੈ? ਇਹ ਕਮਜ਼ੋਰੀ ਹੋਈ ਹੈ ਜੀ, ਇਹ ਕਮਜ਼ੋਰੀ, ਮੈਂ ਇਹਨਾਂ ਨੂੰ ਸਰਕਾਰਾਂ ਦੀ ਕਮਜ਼ੋਰੀ ਹੀ ਕਹੂੰਗਾ, ਕਿਉਂਕਿ ਤੁਹਾਡੇ ਆਪਸ ਵਿੱਚ ਹੀ ਇਹ ਤੁਹਾਡੇ ਉਹ ਹੈ, ਤੁਹਾਡੇ ਦੋ ਗੌਰਮੈਂਟਾਂ ਦਾ ਚੱਕਰ ਹੈ ਅਤੇ ਉਹਦੇ ਵਿੱਚ ਸਾਨੂੰ ਹਰਾਸਮੈਂਟ ਪੀਸਣਾ ਪੈਂਦਾ। ਇਸ ਕਰਕੇ ਤੁਹਾਡੇ ਆਪਣੇ ਪੋਲੀਟੀਕਲ ਹੋ ਸਕਦੇ ਆ, ਕੋਈ ਇਸ਼ੂ ਹੋ ਸਕਦੇ ਆ, ਅਤੇ ਮੈਨੂੰ ਇਸ ਚੀਜ਼ ਦਾ ਨਹੀਂ ਸਮਝ ਆਈ ਵੀ ਮੈਨੂੰ ਕਾਹਤੇ ਰੋਕਿਆ ਗਿਆ ਹੈ, ਕੋਈ ਮੇਰਾ ਇਸ਼ੂ ਦੱਸੋ, ਮੇਰਾ ਕੋਈ ਕਾਰਨ ਦੱਸੋ। ਹੁਣ ਤੱਕ ਮੈਨੂੰ ਕੋਈ ਇਸ਼ੂ ਨਹੀਂ ਪਤਾ ਲੱਗਿਆ, ਮੈਂ ਬਥੇਰਾ ਉੱਥੇ ਉਹਨਾਂ ਨੂੰ ਕਿਹਾ ਵੀ ਦੱਸੋ। ਇਸ ਕਰਕੇ ਮੈਂ ਇਹੀ ਬੇਨਤੀ ਕਰਦਾ ਵੀ ਮੇਰਾ ਇਹ ਹੱਲ ਕੀਤਾ ਜਾਵੇ ਵੀ ਤਾਂ ਜੋ ਕਿ ਹੋਰ ਨੂੰ ਨਾ ਕਿਸੇ ਨੂੰ ਸਮੱਸਿਆ ਵਾ। ਮੰਨ ਲਓ ਮੈਂ ਤਾਂ ਉੱਥੇ ਜੰਗਤਾ ਜਾਣੀ, ਜੇ ਕੋਈ ਕਿਸੇ ਸਿਆਣੇ ਨੂੰ ਇੱਦਾਂ ਕੀਤਾ ਗਿਆ ਜਾਂ ਕਿਸੇ ਉੱਥੇ, ਦੇਖੋ ਸਿਆਣੇ ਵੀ ਜਾਂਦੇ, ਕੋਈ ਹੈਂਡੀਕੈਪਟ ਵੀ ਜਾਂਦਾ, ਉਹ ਕਿੱਦਾਂ ਵਿਚਾਰੇ ਇੱਦਾਂ ਕਰੂਗੇ? ਇਸ ਕਰਕੇ ਇਹ ਇੱਕ ਨਾ ਚਿੰਤਾ ਦਾ ਵਿਸ਼ਾ ਹੈ। ਸੋ ਬਿਲਕੁਲ ਜੀ, ਬਾਬਾ ਮਨਦੀਪ ਸਿੰਘ ਜੀ ਨੇ ਸਾਡੇ ਨਾਲ ਜੋ ਗੱਲਬਾਤ ਕੀਤੀ ਹੈ, ਕਿਸ ਤਰੀਕੇ ਦੇ ਨਾਲ ਉਹਨਾਂ ਦੇ ਸਿੱਖੀ ਬਾਣੇ ਦੇ ਉੱਪਰ ਸਵਾਲ ਚੁੱਕੇ ਗਏ, ਕਿਸ ਤਰੀਕੇ ਨਾਲ ਉਹਨਾਂ ਦੇ ਸ਼ਾਸਤਰਾਂ ਦੇ ਉੱਪਰ ਸਵਾਲ ਕੀਤੇ ਗਏ, ਜੇ ਗੱਲ ਕਰੀਏ ਕਿ ਇਹ ਪਾਕਿਸਤਾਨ ਅੰਬੈਸੀ ਉਹਨਾਂ ਦੀ ਮੁਲਾਜ਼ਮਾਂ ਦੇ ਵੱਲੋਂ ਸਿੱਧੇ ਤੌਰ 'ਤੇ ਇਹਨਾਂ ਦਾ ਸਿੱਖੀ ਸਰੂਪ ਦਾ ਅਪਮਾਨ ਕੀਤਾ ਗਿਆ ਹੈ। ਜੇ ਹੁਣ ਗੱਲ ਕਰੀਏ, ਸਰਕਾਰਾਂ ਨੂੰ ਇਸ ਪ੍ਰਤੀ ਗੰਭੀਰ ਵਿਸ਼ੇ ਨਾਲ ਸੋਚਣਾ ਚਾਹੀਦਾ ਹੈ ਕਿ ਅੱਜ ਨਿਹੰਗ ਸਿੰਘਾਂ ਦੇ ਨਾਲ ਇਸ ਤਰ੍ਹਾਂ ਵਤੀਰਾ ਕੀਤਾ ਜਾ ਰਿਹਾ ਜੋ ਕਿ ਗੁਰੂ ਦੀਆਂ ਲਾਡੀਆਂ ਫੌਜਾਂ ਨੇ, ਤਾਂ ਆਉਣ ਵਾਲੇ ਸਮੇਂ 'ਚ ਆਮ ਲੋਕਾਂ ਦੇ ਨਾਲ ਕਿਹੋ ਜਿਹਾ ਵਤੀਰਾ ਹੋਵੇਗਾ? ਆਪਣੇ ਸਹਿਯੋਗੀ ਬਿਮਲ ਦੇ ਨਾਲ ਮੇਰਾ ਪੰਜਾਬ ਨਿਊਜ਼ ਤੋਂ ਦਿਨੇਸ਼ ਅਲਨ, ਨੂਰ ਬੇਦੀ।